ਭਾਰਤ ਦੇ ਵਿੱਚ ਅੱਜ ਤੋਂ G20 ਸੰਮੇਲਨ ਸ਼ੁਰੂ ਹੋਣ ਜਾ ਰਿਹਾ, ਪਰ ਇਸ G20 ਸੰਮੇਲਨ ਦੇ ਨਾਲ ਹੀ ਜਗਤਾਰ ਸਿੰਘ ਜੱਗੀਜੌਲ ਦਾ ਨਾਮ ਵੀ ਗੂੰਜਣ ਲੱਗਿਆ। ਆਖਿਰਕਾਰ ਕਾਰਨ ਕੀ ਹੈ ਕਿ ਜਗਤਾਰ ਸਿੰਘ ਜੱਗੀਜੌਲ, ਜੋ ਕਿ ਬ੍ਰਿਟਿਸ਼ ਨਾਗਰਿਕ ਨੇ ਜਿਸ ਨੂੰ ਪਿਛਲੇ 5 ਸਾਲਾਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ, ਉਸਦਾ ਇਸ G20 ਦੇ ਦਰਮਿਆਨ ਨਾਮ ਗੂੰਜਣ ਦਾ ਕਾਰਨ ਕੀ ਹੈ? ਦਰਅਸਲ BBC ਦੀ ਇੱਕ ਰਿਪੋਰਟ ਦੇ ਮੁਤਾਬਿਕ ਕਿਹਾ ਗਿਆ ਹੈ ਕਿ ਬ੍ਰਿਟਿਸ਼ ਸੰਸਦ ਮੈਂਬਰਾਂ ਦਾ ਇੱਕ ਸਮੂਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਭਾਰਤ ਵਿੱਚ ਕੈਦ ਇੱਕ ਬ੍ਰਿਟਿਸ਼ ਵਿਅਕਤੀ ਦੇ ਮਾਮਲੇ ਦੇ ਵਿੱਚ ਦਖਲ ਦੇਣ ਦੀ ਲਗਾਤਾਰ ਮੰਗ ਕਰ ਰਿਹਾ ਹੈ। 70 ਤੋਂ ਵੱਧ ਬ੍ਰਿਟਿਸ਼ ਸੰਸਦਾਂ ਦੇ ਵੱਲੋਂ ਇੱਕ ਪੱਤਰ ਲਿਖ ਕੇ ਹਸਤਾਖਰ ਕੀਤੇ ਗਏ ਨੇ, ਜਿਸ ਦੇ ਵਿੱਚ ਉਹਨਾਂ ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਤਾਰ ਸਿੰਘ ਜੱਗੀਜੌਲ ਨੂੰ ਤੁਰੰਤ ਰਿਹਾ ਕਰਨ ਦੇ ਲਈ ਬੇਨਤੀ ਕਰਨ, ਜਦੋਂ ਕਿ ਉਹ ਇਸ ਹਫ਼ਤੇ G20 ਨੇਤਾਵਾਂ ਦੇ ਸੰਮੇਲਨ ਲਈ ਨਵੀਂ ਦਿੱਲੀ ਦੀ ਯਾਤਰਾ ਕਰਨ ਆ ਰਹੇ ਨੇ। ਦੱਸ ਦਈਏ ਕਿ ਪੱਤਰ ਉਦੋਂ ਆਇਆ ਜਦੋਂ 34 ਸਾਲਾ ਜੱਗੀਜੌਲ ਦੇ ਕੇਸ ਦੇ ਵਿੱਚ ਭਾਰਤ ਅਤੇ UK ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਧਿਆਨ ਖਿੱਚਵੇਂ ਪ੍ਰਦਰਸ਼ਨ ਹੋਏ। ਇਸ ਨੂੰ ਬਰਤਾਨਵੀ ਸੰਸਦ ਅਤੇ ਯੂਰਪੀ ਸੰਸਦ ਦੇ ਵਿੱਚ ਵੀ ਚੁੱਕਿਆ ਗਿਆ ਸੀ। ਉੱਥੇ ਹੀ ਪਰਿਵਾਰ ਦਾ ਦੋਸ਼ ਹੈ ਕਿ ਜੱਗੀਜੌਲ ਨੂੰ, ਜੋ ਕਿ ਸਕਾਟਲੈਂਡ ਦਾ ਵਸਨੀਕ ਹੈ, ਉਸਨੂੰ 5 ਸਾਲਾਂ ਤੋਂ ਵੱਧ ਸਮੇਂ ਤੋਂ ਮਨਮਾਨੇ ਢੰਗ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਨਜ਼ਰਬੰਦ ਕਰਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ। ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਆਖਿਰਕਾਰ ਜੱਗੀਜੌਲ ਹੈ ਕੌਣ। ਉਸਦੇ ਪਰਿਵਾਰ ਦੇ ਅਨੁਸਾਰ ਜਗਤਾਰ ਸਿੰਘ ਜੱਗੀਜੌਲ ਇੱਕ ਆਨਲਾਈਨ ਐਕਟੀਵਿਸਟ ਸੀ ਅਤੇ ਸਿੱਖਾਂ 'ਤੇ ਹੋਏ ਕਥਿਤ ਅਤਿਆਚਾਰਾਂ ਦਾ ਦਸਤਾਵੇਜ਼ੀਕਰਨ ਕਰਦਾ ਸੀ। ਉਸਦੀਆਂ ਗਤੀਵਿਧੀਆਂ ਵਿੱਚ ਇੱਕ ਮੈਗਜ਼ੀਨ ਅਤੇ ਇੱਕ ਵੈਬਸਾਈਟ ਸੀ, ਜਿਸ ਦੇ ਉੱਤੇ ਉਹ ਕਹਾਣੀਆਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਉਸਨੂੰ ਪਬਲਿਸ਼ ਕਰਦਾ ਸੀ। ਦੱਸ ਦਈਏ ਕਿ 2017 ਤੋਂ ਜੇਲ੍ਹ 'ਚ ਬੰਦ ਹੈ ਜੱਗੀਜੌਲ। ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੁਆਰਾ ਕੀਤੇ ਗਏ ਨਿਸ਼ਾਨਾਬੱਧ ਕਤਲਾਂ ਦੇ ਸੰਬੰਧ ਵਿੱਚ ਭਾਰਤੀ ਰਾਸ਼ਟਰੀ ਜਾਂਚ ਏਜੰਸੀ ਦੁਆਰਾ ਜੱਗੀਜੌਲ ਨੂੰ ਉਸ ਵਕਤ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਦੋਂ ਜੱਗੀਜੌਲ ਆਪਣੇ ਜਲੰਧਰ ਸਥਿਤ ਜੱਦੀ ਘਰ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਪਰਤੇ ਸੀ। ਉਸ ਦੇ ਉੱਤੇ ਹੱਤਿਆ ਦੀ ਸਾਜ਼ਿਸ਼ ਰਚਨ, ਅੱਤਵਾਦੀ ਗਰੋਹ ਦਾ ਮੈਂਬਰ ਹੋਣ ਅਤੇ ਭਾਰਤ ਵਿਰੁੱਧ ਜੰਗ ਛੇੜਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਵੀ ਗੱਲ ਆਖੀ ਜਾ ਰਹੀ ਹੈ। ਦੱਸ ਦਈਏ ਕਿ ਜਗਤਾਰ ਸਿੰਘ ਜੱਗੀਜੌਲ ਲਗਾਤਾਰ ਪਿਛਲੇ 5 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ। ਦੱਸ ਦਈਏ ਕਿ ਇਸ ਦੇ ਉੱਤੇ ਬ੍ਰਿਟਿਸ਼ MP ਡੈਵਿਡ ਡੇਵਿਸ ਨੇ BBC ਨੂੰ ਇਹ ਵੀ ਗੱਲ ਕਹੀ ਹੈ ਕਿ ਕਿਸੇ ਰਾਜ ਦਾ ਪਹਿਲਾ ਫਰਜ਼ ਆਪਣੇ ਨਾਗਰਿਕ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣਾ ਹੁੰਦਾ ਹੈ, ਅਤੇ ਜਗਤਾਰ ਸਿੰਘ ਜੱਗੀਜੌਲ ਬ੍ਰਿਟਿਸ਼ ਨਾਗਰਿਕ ਆ, ਉਸ ਨੂੰ ਬਚਾ ਕੇ ਉਸ ਦੇ ਨਾਲ ਕੋਈ ਬੇਇਨਸਾਫੀ ਨਾ ਹੋਵੇ, ਸਭ ਦਾ ਧਿਆਨ ਰੱਖ ਕੇ ਸਰਕਾਰ ਨੂੰ ਪ੍ਰਦਰਸ਼ਨ ਕਰਕੇ ਉਸਨੂੰ ਵਾਪਸ ਲਿਆਉਣਾ ਚਾਹੀਦਾ। ਉਹਨਾਂ ਨੇ ਇਸ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਬਿਆਨ ਵੀ ਜਾਰੀ ਕੀਤੇ ਨੇ। ਹੁਣ ਆਪਣੇ ਪੱਤਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਜੱਗੀਜੌਲ ਨੂੰ ਗ੍ਰਿਫਤਾਰੀ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਨਾਲ ਬਿਜਲੀ ਦੇ ਨਾਲ ਟੋਰਚਰ ਕੀਤਾ ਗਿਆ, ਉਸਨੂੰ ਪੈਟਰੋਲ ਪਾ ਕੇ ਅੱਗ ਲਾਉਣ ਦੀ ਧਮਕੀ ਦਿੱਤੀ ਗਈ ਅਤੇ ਤਸ਼ੱਦਦ ਤੱਕ ਕੀਤਾ ਗਿਆ, ਜਿਸ 'ਤੇ ਜਗਤਾਰ ਸਿੰਘ ਜੱਗੀਜੌਲ ਦੇ ਵੀਡੀਓ ਬਿਆਨ ਰਿਕਾਰਡ ਕੀਤੇ ਗਏ ਅਤੇ ਖਾਲੀ ਕਾਗਜ਼ਾਂ ਦੇ ਟੁਕੜਿਆਂ 'ਤੇ ਹਸਤਾਖਰ ਕਰਾਏ ਗਏ ਨੇ। ਇਸ ਚੀਜ਼ ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾਂ ਬਣੀਆਂ ਨੇ ਕਿ ਆਖਿਰਕਾਰ ਜੱਗੀਜੌਲ ਦੇ ਮਸਲੇ 'ਚ ਕੀ ਰਿਸ਼ੀ ਸੁਨਕ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਸਵਾਲ ਚੁੱਕੇ ਜਾਣਗੇ ਜਾਂ ਫਿਰ ਨਰਿੰਦਰ ਮੋਦੀ ਦੇ ਅੱਗੇ ਸਵਾਲ ਆਉਣ ਤੋਂ ਪਹਿਲਾਂ ਹੀ ਇਹ ਸਵਾਲ ਵਾਪਸ ਲੈ ਜਾਣਗੇ।